ਸੌ ਰੁਪਏ ਪਰ ਸਸਟੀ ਕਾਲ 200 ਗੱਲ ਕਰਨ ਜਾ ਰਹੇ ਹਨ ਕਰਨ ਆਇਲਾ ਤੋਂ ਦੱਸਨੇ ਦੋਸਤੋ ਮੇਕਿੰਗ ਮੈਮਰੀਜ਼ ਦੀ ਸਕਸੈਸ ਤੋਂ ਬਾਅਦ ਹੁਣ ਕਰਨ ਆਇਲਾ ਨੇ ਲਾਈਵ ਸ਼ੋਅ ਗਾਣੇ ਵੀ ਸ਼ੁਰੂ ਕਰ ਦਿੱਤੇ ਨੇ ਹਾਲ ਹੀ ਵਿੱਚ ਉਹਨਾਂ ਨਿਊਯਾਰਕ ਦੇ ਵਿੱਚ ਲਾਈਵ ਸ਼ੋਅ ਲੱਗਾ ਸੀ ਜੋ ਕਾਫੀ ਸਕਸੈਸਫੁਲ ਗਿਆ ਹੈ ਤਾਂ ਮੈਂ ਵੀ ਦੱਸਣੇ ਦੋਸਤੋ ਕਿ ਕਰਨ ਆਇਲਾ ਦੇ ਇਸ ਲਾਈਵ ਸ਼ੋਅ ਦੇ ਵਿੱਚ ਕਰਨ ਆਇਲਾ ਦੀ ਮੇਕਿੰਗ ਮੈਮਰੀਜ਼ ਐਲਬਮ ਦੇ 뮤직 ਵੀਡੀਓਸਰ ਇੱਕੀ ਵੀ ਉਹਨਾਂ ਦੇ ਨਾਲ ਦਿਖਾਈ ਦਿੱਤੇ ਜੋ ਕਾਫੀ ਦਾ ਵੀਡੀਓ ਚੜੀ ਹੈਗੇ ਨੇ ਸੋਸ਼ਲ ਮੀਡੀਆ ਉੱਪਰ ਇਹਨਾਂ ਦੋਨਾਂ ਦੇ ਵਾਇਰਲ ਹੋ ਰਹੀਆਂ ਨੇ ਉਹਨੂੰ ਦੱਸਣੇ ਦੋਸਤੋ ਕਰਨ ਆਇਲਾ ਨੇ ਆਪਣੀ ਨੈ ਟੂਰ ਜਿਹੜਾ ਹੈਗਾ ਉਹ ਕਨਫਰਮ ਹੋ ਚੁੱਕਾ ਹੈ ਜੀਆ ਦੋਸਤੋ ਕਨ ਆਇਲਾ ਇੰਡੀਆ ਵੀ ਆਉਣਗੇ ਲਾਈਵ ਸ਼ੋਅਸ ਲਗਾਉਣ ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਲਾਈਵ ਸ਼ੋਅਸ ਲੱਗਣਗੇ ਨਹੀਂ ਹਾਂ ਦੋਸਤੋ ਇਸ ਵਕਤ ਦਾ ਨਾਸ ਨੇ ਕਾਨ ਆਇਲਾ ਨਾਲ ਕੰਟਰੋਵਰਸੀ ਜੁੜ ਗਈ ਸੀ ਜਿਹਦੇ ਕਰਕੇ ਕਾਨ ਆਇਲਾ ਨੇ ਪੀਓਵੀ ਗਾਣਾ ਵੀ ਕੱਢਿਆ ਸੀ ਉਹਨੂੰ ਦੱਸ ਰਹੇ ਦੋਸਤੋ ਕੀ ਕਾਨ ਆਇਲਾ ਦੇ ਜਿਹੜੇ ਅਮਰੀਕਾ ਸ਼ੋਅ ਚੱਲਦੇ ਬੈਨੇ ਇਹਨਾਂ ਤੋਂ ਬਾਅਦ ਇੰਡੀਆ ਦੇ ਸ਼ੋਅਸ ਵੀ ਅਨਾਉਂਸ ਕੀਤੇ ਜਾਣਗੇ ਤੇ ਨਾਲ ਹੀ ਦੋਸਤੋ ਕਾਨ ਆਇਲਾ ਦੀ ਐਲਬਮ ਲੈ ਕੇ ਵੱਡੀਆਂ ਅਪਡੇਟਸ ਸਾਹਮਣੇ ਆ ਸਕਦੀਆਂ ਨੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਇਹਦੇ ਉੱਪਰ ਤੋਂ ਅਪਡੇਟ ਦਵਾਂਗੇ ਮਿਲਦੇ ਹਾਂ ਹੋਰ ਵੀਡੀਓਸ ਨਾਲ ਧੰਨਵਾਦ